ਸਾਡੀ ਫਿਲਮ ਨਾ ਟੋਰੋਂਟੋ ਫਿਲਮ ਫੈਸਟੀਵਲ 'ਚ ਵੀ ਦਿਖਾਈ ਗਈ ਸੀਗੀ ਅਤੇ ਉੱਥੋਂ ਮੈਨੂੰ ਖਬਰ ਹੋਈ ਸੀ ਕਿ ਕਪਿਲ ਭਾਜੀ ਨੇ ਕਿਹਾ ਸੀਗਾ ਕਿ ਇਹ ਮੁੰਡੇ ਨੇ ਸਭ ਤੋਂ ਸੋਹਣਾ ਕੰਮ ਕੀਤਾ ਅਤੇ ਇਹਨੇ ਬਹੁਤ ਮਿਹਨਤ ਕੀਤੀ ਹੈ। ਇੱਕ ਉਹਦਾ ਇਮੋਸ਼ਨਲ ਸੀਨ ਆਉਂਦਾ ਹੈ ਕਿ ਯਾਰ ਸ਼ਿੰਦੇ ਕਿ ਮੈਂ ਆਪਣੇ ਦਮ 'ਤੇ ਇੱਥੇ ਆਇਆ, ਇਹ ਕੌਣ ਹੁੰਦੇ ਨੇ ਕਹਿਣ ਵਾਲੇ ਕਿ ਪੈਸੇ ਦੇ ਕੇ ਆਇਆ। ਉਹ ਮੈਨੂੰ ਤਿਆਰੀ ਕਰਨ ਦੀ ਲੋੜ ਨਹੀਂ ਸੀਗੀ। ਮੈਂ ਹਰ ਕਾਸਟਿੰਗ ਡਾਇਰੈਕਟਰ, ਹਰ ਪ੍ਰੋਡਿਊਸਰ ਡਾਇਰੈਕਟਰ ਨੂੰ ਬੰਬੇ ਐਂਡ ਪੰਜਾਬ ਕਹਿ ਰਿਹਾ ਕਿ ਮੈਂ ਇੱਥੇ ਆਪਣੇ ਦਮ 'ਤੇ ਆਇਆ। ਪਲੀਜ਼ ਜਿਹੜੇ ਜਿੰਨਾ ਤੱਕ ਫਿਲਮ ਨਹੀਂ ਪਹੁੰਚੀ ਜਾ ਕੇ ਇੱਕ ਮੌਕਾ ਦਿਓ। ਆਈ ਐਮ ਸ਼ੋਰ ਤੁਸੀਂ ਬਹੁਤ ਐਂਟਰਟੇਨ ਹੋਵੋਗੇ। ਜਹਾਨ ਕਿਲਾ ਜਾ ਕੇ ਦੇਖੋ, ਸਪੋਰਟ ਕਰੋ, ਅਤੇ ਜੇ ਕੋਈ ਗਿਲਾ ਸ਼ਿਕਵਾ ਫਿਰ ਵੀ ਰਹਿ ਜੇ ਫਿਰ ਸਾਨੂੰ ਦੱਸੋ, ਅਗਲੀ ਫਿਲਮ 'ਚ ਆਪਾਂ ਉਹ ਪੂਰਾ ਕਰ ਦਾਂਗੇ। ਸੋ ਹੁਣ ਮੇਰੇ ਨਾਲ ਨੇ ਜਹਾਨ ਕਿਲਾ ਫਿਲਮ ਦਾ ਸੋਲ ਦਿਲ ਜਸ਼ਨ ਕੋਹਲੀ, ਜਿਹਨੂੰ ਜਦ ਜਦ ਤੁਸੀਂ ਸਕਰੀਨ ਦੇ ਉੱਪਰ ਦੇਖੋਗੇ ਨਾ ਤਦ ਤੱਕ ਤੁਸੀਂ ਕਹੋਗੇ ਵਿਆਹ ਕਿਆ ਹੀ ਬਾਤ ਹੈ। ਵਾਰਕਾ ਜੀ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਜੀ। ਬਹੁਤ ਦੇਰ ਦੀ ਮਿਹਨਤ ਸੀਗੀ ਅਤੇ ਆਈ ਐਮ ਸੋ ਹੈਪੀ ਕਿ ਇੱਦਾਂ ਪਿਆਰ ਮਿਲ ਰਿਹਾ। ਜੋ ਮੈਂ ਸੋਚਿਆ ਸੀਗਾ ਕੈਰੈਕਟਰ 'ਚ ਮੈਂ ਇਹ ਪਾਊਂਗਾ ਉਹ ਪਾਊਂਗਾ, ਸਭ ਕੁਝ ਪਹੁੰਚ ਗਿਆ ਤੁਹਾਡੇ ਤੱਕ। ਲੱਭਦਾ ਪਿਆ ਸੀ ਕਹਿੰਦੇ 8 ਸਾਲ ਤੋਂ ਜਿਹੜੀ ਡੈਸਪਰੇਸ਼ਨ ਹੈ ਨਾ ਪੰਜਾਬੀ ਫਿਲਮ ਕਰਨ ਦੇ ਲਈ, ਉਹ ਕੰਪਲੀਟ ਪੈਕੇਜ ਜਸ਼ਨ ਤੋਂ ਬਿਨਾਂ ਮੈਂ ਇਸ ਫਿਲਮ ਨੂੰ ਦੇਖ ਹੀ ਨਹੀਂ ਸਕਦੀ ਸੀਗੀ। ਔਰ ਮੈਂ ਅਗਰ ਕੋਈ ਮੈਨੂੰ ਕਹਿੰਦਾ ਨਾ ਕਿ ਘਬਰਾਟੀ ਨੂੰ ਰਿਪਲੇਸ ਕਰਨਾ, ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ। ਯੂ ਆਰ ਦਾ ਬੈਸਟ ਐਟ ਆਲ। ਮੈਂ ਸੱਚੀ ਦੱਸਾਂਗਾ, ਜਦੋਂ ਮੈਨੂੰ ਮਿਲਿਆ ਸੀਗਾ ਨਾ, ਮੈਨੂੰ ਲੱਗਦਾ ਸੀਗਾ ਕਿ ਮੈਂ ਘਬਰਾਟੀ ਨਹੀਂ ਕਰ ਸਕਦਾ, ਨਾ ਮੈਂ ਹੈਗਾ। ਬਟ ਫਿਰ ਜਦੋਂ ਮੈਂ ਪੂਰੀ ਸਟੋਰੀ ਸੁਣੀ ਨਾ, ਮੈਂ ਕਿਹਾ ਇਹ ਸਟੋਰੀ ਬਹੁਤ ਸਹੀ ਹੈ। ਜਸ਼ਨ ਟਾਈਮ ਆ ਗਿਆ ਕਿ ਆਪਣਾ ਜੋ ਤੂੰ ਅੱਜ ਤੱਕ ਵਰਕਸ਼ਾਪਸ ਕੀਤੀ ਹੈ, ਜੋ ਤੂੰ ਸਿੱਖਿਆ, ਜੋ ਤੈਨੂੰ ਸਮਝ ਆਉਂਦੀ ਐਕਟਿੰਗ ਦੀ, ਇਹਦੇ 'ਚ ਪਾ ਦੇ, ਮਿਹਨਤ ਕਰ ਲੈ। ਅਤੇ ਮੈਂ ਸੱਚੀ ਦੱਸਾਂ, ਮੈਂ ਬਹੁਤ ਇੰਡੀ ਮਿਹਨਤ ਕੀਤੀ ਸੀਗੀ, ਭਾਵੇਂ ਉਹਦਾ ਭਜਣਾ ਹੋਵੇ, ਉਹ ਮੈਂ ਡਿਜ਼ਾਇਨ ਕੀਤਾ ਸੀਗਾ, ਉਹਦੇ ਕੰਚੇ ਡਿਜ਼ਾਇਨ ਕੀਤੇ, ਉਹਦੀ ਐਂ ਅੱਖਾਂ ਜੀਆਂ ਕਰ ਲੈਂਦਾ, ਮੈਂ ਸਭ ਕੁਝ ਡਿਜ਼ਾਇਨ ਕੀਤਾ ਕਿ ਮੈਂ ਆਪਣੀ ਤਰਫ ਤੋਂ ਕੋਈ ਵੀ ਕਸਰ ਨਾ ਛੱਡਾਂ, ਤਾਂ ਕਿ ਲੋਕ ਪਿਆਰ ਕਰਨ ਅਤੇ ਐਕਸੈਪਟ ਕਰਨ। ਅਤੇ ਆਈ ਐਮ ਸੋ ਹੈਪੀ ਕਿ ਇਹ ਰਿਸਪੋਂਸ ਮਿਲ ਰਿਹਾ। ਅਤੇ ਕਪਿਲ ਜੀ ਨੇ ਕੀ ਰਿਸਪੋਂਸ ਦਿੱਤਾ ਹੈ, ਕਿ ਬੈਸਟ ਕੰਪਲੀਮੈਂਟ ਅੱਜ ਤੱਕ ਦਾ ਜਿਹੜਾ ਅੱਜ ਮਿਲਿਆ ਉਹ ਕੀ? ਦੇਖੋ ਜੀ, ਸਾਡੀ ਫਿਲਮ ਨਾ ਟੋਰੋਂਟੋ ਫਿਲਮ ਫੈਸਟੀਵਲ 'ਚ ਵੀ ਦਿਖਾਈ ਗਈ ਸੀਗੀ ਅਤੇ ਉੱਥੋਂ ਮੈਨੂੰ ਖਬਰ ਹੋਈ ਸੀ ਕਿ ਕਪਿਲ ਭਾਜੀ ਨੇ ਕਿਹਾ ਸੀਗਾ ਕਿ ਇਹ ਮੁੰਡੇ ਨੇ ਸਭ ਤੋਂ ਸੋਹਣਾ ਕੰਮ ਕੀਤਾ ਅਤੇ ਇਹਨੇ ਬਹੁਤ ਮਿਹਨਤ ਕੀਤੀ ਹੈ। ਕਪਿਲ ਭਾਜੀ ਨੇ ਨਾ ਐਕਚੁਅਲੀ 2-3 ਵਾਰੀ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਸਾਡੀ ਫਿਲਮ 3-4 ਵਾਰੀ ਦੇਖ ਲਈ ਹੈ। ਉਹਨੇ ਹਰ ਵਾਰੀ ਕਿਹਾ ਕਿ ਤੇਰੀ ਮਿਹਨਤ ਨਾ ਦਿਖਦੀ ਹੈ ਸਕਰੀਨ 'ਤੇ, ਅਤੇ ਕਮਿੰਗ ਫਰੋਮ ਕਪਿਲ ਭਾਜੀ। ਅਤੇ ਤੁਸੀਂ ਇਹ ਸੋਚੋ, ਜਿਹੜਾ ਮੇਰਾ ਸਟਾਰਟਿੰਗ ਸੀਨ ਜਦੋਂ ਮੈਂ ਭੱਜਦਾ, ਉੱਥੇ ਪਿੱਛੇ 83 ਹੈ ਮੇਰਾ ਨੰਬਰ, ਉਹ ਕਪਿਲ ਭਾਜੀ ਨੇ ਨੋਟਿਸ ਕੀਤਾ ਕਿ 83 ਨੰਬਰ ਲੈ ਕੇ ਤੂੰ ਭੱਜ ਰਿਹਾ, ਤੂੰ ਦੇਖ ਕਿੱਥੇ ਤੱਕ ਪਹੁੰਚਦਾ। ਜਸ਼ਨ ਨੀ ਲੱਗਿਆ, ਤੂੰ ਕੁਛ ਅਲੱਗ ਲੱਗਿਆ, ਤੂੰ ਉਹ ਸ਼ਹਿਰੀ ਜਸ਼ਨ ਨੀ ਦੇਖਿਆ, ਤੂੰ ਇੱਕ ਪੇਂਡੂ ਘਬਰਾਟੀ ਬਾਬਾ ਦੇਖਿਆ। ਇਸ ਕਰੈਕਟਰ ਤੋਂ ਕਿਹੜੀ ਐਸੀ ਚੀਜ਼ ਹੈ ਜਿਹੜੀ ਜਸ਼ਨ ਦੇ ਵਿੱਚ ਜਿਹੜੀ ਹੈ ਫਿੱਟ ਹੋ ਗਈ ਹੈ, ਕਿ ਯਾਰ ਇਹ ਪੋਜ਼ਿਟਿਵ ਪੁਆਇੰਟ ਸੀਗਾ ਘਬਰਾਟੀ ਦਾ, ਇਹ ਮੇਰੇ ਨਾਲ ਹਮੇਸ਼ਾ ਜੀਏਗਾ? ਦੇਖੋ, ਇੱਕ ਸੀਨ ਆਉਂਦਾ ਹੈ, ਤੁਸੀਂ ਫਿਲਮ ਦੇਖ ਲਈ ਪੂਰੀ, ਇੱਕ ਉਹਦਾ ਇਮੋਸ਼ਨਲ ਸੀਨ ਆਉਂਦਾ ਕਿ ਯਾਰ ਸ਼ਿੰਦੇ ਕਿ ਮੈਂ ਆਪਣੇ ਦਮ 'ਤੇ ਇੱਥੇ ਆਇਆ, ਇਹ ਕੌਣ ਹੁੰਦੇ ਨੇ ਕਹਿਣ ਵਾਲੇ ਕਿ ਪੈਸੇ ਦੇ ਕੇ ਆਇਆ। ਉਹ ਮੈਨੂੰ ਤਿਆਰੀ ਕਰਨ ਦੀ ਲੋੜ ਨਹੀਂ ਸੀਗੀ। ਮੈਂ ਹਰ ਕਾਸਟਿੰਗ ਡਾਇਰੈਕਟਰ, ਹਰ ਪ੍ਰੋਡਿਊਸਰ ਡਾਇਰੈਕਟਰ ਨੂੰ ਬੰਬੇ ਐਂਡ ਪੰਜਾਬ ਕਹਿ ਰਿਹਾ ਕਿ ਮੈਂ ਇੱਥੇ ਆਪਣੇ ਦਮ 'ਤੇ ਆਇਆ ਅਤੇ ਮੈਂ ਆਪਣੇ ਦਮ 'ਤੇ ਰਹੂੰਗਾ। ਮੈਨੂੰ ਰੱਬ 'ਤੇ ਬਹੁਤ ਵਿਸ਼ਵਾਸ ਹੈਗਾ ਕਿ ਇੱਕ ਦਿਨ ਆਊਗਾ, ਅੱਜ ਉਹ ਦਿਨ ਹੈਗਾ, ਅਤੇ ਕਮਿੰਗ ਫੋਰਵਰਡ ਮੈਂ ਆਈ ਵਿਲ ਰੂਲ ਦਿਸ ਇੰਡਸਟਰੀ, ਅਤੇ ਇਸ ਨਵੇਂ ਚਿਹਰੇ ਮੇਰੇ ਵਰਗੇ ਹੋਰ ਆਉਣਗੇ, ਅਤੇ ਇਹ ਬਹੁਤ ਪ੍ਰੋਫੈਸ਼ਨਲ ਇਨਵਾਇਰਮੈਂਟ ਬਣੇਗਾ ਅਤੇ ਕੋਈ ਕਿਸੇ ਨੂੰ ਰੋਕ ਨਹੀਂ ਸਕੇਗਾ। ਵਰਸੈਟਾਈਲ ਕਲਾਕਾਰਾਂ ਦੀ ਹਮੇਸ਼ਾ ਸਿਨੇਮਾ ਨੂੰ ਲੋੜ ਹੁੰਦੀ ਹੈ, ਐਂਡ ਵੈਲਕਮ ਟੂ ਦ ਇੰਡਸਟਰੀ, ਪੰਜਾਬੀ ਇੰਡਸਟਰੀ। ਥੈਂਕ ਯੂ ਜੀ। ਤੇ ਪਹਿਲੇ ਜਿੰਨੇ ਕਿਹਾ ਹੈਗਾ, ਐਂਡ ਆਈ ਰੀਲੀ ਅਪਰੀਸ਼ੀਏਟ ਦਿਸ। ਮੈਨੂੰ ਲੱਗਦਾ ਇਹ ਜਿਹੜੀ ਡੈਸਪੀਰੇਸ਼ਨ ਸੀਗੀ ਨਾ, ਮੈਂ ਹਮੇਸ਼ਾ ਬਿਲੀਵ ਕਰਦੀ ਹਾਂ ਕਿ ਜਿਹੜੀ ਚੀਜ਼ ਲਈ ਰੱਬ ਤਰਸਾਉਂਦਾ ਹੈ ਨਾ, ਉਹ ਅਮੇਜ਼ਿੰਗ ਹੁੰਦੀ ਹੈ, ਉਸ ਤੋਂ ਉੱਪਰ ਕੋਈ ਗੱਲਬਾਤ ਨਹੀਂ ਹੋ ਸਕਦੀ। ਐਂਡ ਰੱਬ ਨੇ ਜਿਹੜਾ ਤੁਹਾਨੂੰ ਤਰਸਾਇਆ ਨਾ, ਉਹ ਤੁਹਾਡੇ ਬੈਸਟ ਲਈ ਸੀਗਾ। ਜੀ ਜੀ ਜੀ, ਮੈਂ ਆਈ ਟਰੂਲੀ ਬਿਲੀਵ ਕਿ ਰੱਬ ਜੋ ਕਰਦਾ ਹੈ ਉਹਦਾ ਆਪਣਾ ਟਾਈਮ ਹੈਗਾ, ਆਪਣਾ ਕੁਛ ਹੈਗਾ, ਉਹਨਾਂ ਦੀ ਸਕ੍ਰਿਪਟ ਆਪਣੀ ਲਿਖੀ ਹੋਈ ਹੈ, ਅਤੇ ਆਈ ਐਮ ਥੈਂਕਫੁਲ ਟੂ ਗੋਡ। ਮੈਂ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਕਿ ਅੱਜ ਉਹਨਾਂ ਨੇ ਇਹ ਦਿਨ ਲਿਖਿਆ ਸੀਗਾ। ਮੈਂ ਕਦ ਦਾ ਵੇਟ ਕਰ ਰਿਹਾ ਉਸ ਇੱਕ ਫਰਾਈਡੇ ਦਾ, ਕਿ ਮੇਰੀ ਕਿਸਮਤ 'ਚ ਉਹ ਇੱਕ ਫਰਾਈਡੇ ਆਏ ਜੋ ਪਾਸਾ ਪਲਟੇ, ਅਤੇ ਆਈ ਐਮ ਸੋ ਹੈਪੀ ਉਹ ਫਰਾਈਡੇ ਆ ਗਿਆ। ਇਸ ਫਿਲਮ ਦੇ ਜ਼ਰੀਏ ਨਾ ਤੁਸੀਂ ਆਪਣੀ ਐਕਟਿੰਗ ਦਾ, ਆਪਣੇ ਲੁਕਸ ਦਾ ਹਰ ਫਲੇਵਰ ਦਿਖਾਇਆ। ਵੈਨ ਯੂ ਵਰ ਸ਼ਰਟਲੈਸ, ਤੁਹਾਡੀ ਬੋਡੀ ਦੇਖ ਕੇ ਹਰ ਕੋਈ ਕਹਿ ਰਿਹਾ ਸੀ ਯਾਰ ਕਿੰਨਾ ਫਿੱਟ ਹੈ ਜਸ਼ਨ, ਅਤੇ ਮੈਨੂੰ ਲੱਗਦਾ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਦਰਵਾਜ਼ੇ ਖੁੱਲ੍ਹਣ ਵਾਲੇ ਨੇ, ਅਤੇ ਆਪਾਂ ਜਲਦੀ ਮੁਲਾਕਾਤ ਕਰਾਂਗੇ ਇਸ ਰਿਗਾਰਡਿੰਗ। ਥੈਂਕ ਯੂ ਜੀ। ਇਹ ਵੀ ਇੱਕ ਇੰਟੈਂਸ਼ਨਲ ਐਫਰਟ ਸੀਗੀ, ਮੈਨੂੰ ਮੇਰੀ ਜਿੱਦ ਸੀਗੀ ਕਿ ਜਦੋਂ ਮੈਂ ਫਿਲਮ ਕਰਾਂਗਾ
ਮੈਂ ਉਹਦੇ 'ਚ ਇਹੋ ਜਿਹਾ ਡਾਂਸ ਕਰਾਂਗਾ ਲੋਕ ਦੇਖਣਗੇ, ਮੈਂ ਇਹੋ ਜਿਹੀ ਬੋਡੀ ਬਣਾਊਂਗਾ ਲੋਕ ਦੇਖਣਗੇ, ਮੈਂ ਉਹ ਜਿਹਾ ਕੈਰੈਕਟਰ ਬਣਾਊਂਗਾ ਕਿ ਲੋਕ ਦੇਖਣਗੇ, ਅਤੇ ਉਹ ਸਾਰਾ ਕੁਛ ਮੈਂ ਇਹਦੇ 'ਚ ਪਾਤਾ ਅਤੇ ਉਹ ਸਭ ਕੁਝ ਨੋਟ ਵੀ ਹੋ ਰਿਹਾ ਹੈਗਾ ਅਤੇ ਬਸ ਰੱਬ ਦਾ ਸ਼ੁਕਰਾਨਾ। ਜਦੋਂ ਡਾਂਸ ਕਰ ਰਹੇ ਸੀ ਨਾ ਸਭ ਦਾ ਧਿਆਨ ਤੁਹਾਡੇ ਤੇ ਸੀਗਾ ਕਿ ਇਹ ਜਿਹੜੇ ਸਟੈਪ ਨੇ ਨਾ ਇਹ ਪਰਫੈਕਟ ਨੇ, ਤੌਲੀਆ ਖੁੱਲਿਆ ਸੀਗਾ ਤਾਂ ਵੀ ਸ਼ਾਇਦ। ਮੈਂ ਪਤਾ ਮੈਂ ਨਾਲ ਆਪਣੇ ਬੈਠੇ ਜਰਨਲਿਸਟ ਨੂੰ ਕਿਹਾ ਮੈਂ ਕਿ ਐਡਾ ਸਟੈਪ ਕਰ ਲੈ ਬੰਦੇ ਦਾ ਤੌਲੀਆ ਨੂੰ ਖੁੱਲਾ, ਜਦੋਂ ਤੌਲੀਆ ਗਿਰਿਆ ਨਾ ਮੈਂ ਕਹਿੰਦਾ ਲੈ ਖੁੱਲ ਗਿਆ ਉਹਦੇ ਵਾਸਤੇ ਰੱਖਿਆ ਹੋਇਆ ਸੀਗਾ। ਬਟ ਆਲ ਦਾ ਵੈਰੀ ਬੈਸਟ ਐਂਡ ਵੀ ਆਰ ਵੈਰੀ ਹੈਪੀ ਕਿ ਜਦੋਂ ਕਿਸੇ ਦੇ ਸੁਪਨਿਆਂ ਨੂੰ ਐਸਾ ਮਾਹੌਲ ਮਿਲਦਾ ਉਹਦੇ ਸਾਕਾਰ ਸੁਪਨੇ ਹੁੰਦੇ ਨਜ਼ਰ ਆਉਂਦੇ ਨੇ ਨਾ, ਤਾਂ ਮੈਨੂੰ ਲੱਗਦਾ ਇਸ ਤੋਂ ਖੂਬਸੂਰਤ ਚੀਜ਼ ਕਿਸੇ ਵੀ ਇਨਸਾਨ ਲਈ ਕੁਛ ਨਹੀਂ ਹੋ ਸਕਦੀ। ਐਂਡ ਆਈ ਵਿਸ਼ ਕਿ ਪਰਮਾਤਮਾ ਇੱਦਾਂ ਹੀ ਮੇਰਾ ਪਰਿਆ ਹੱਥ ਤੁਹਾਡੇ 'ਤੇ ਬਰਕਰਾਰ ਰੱਖੇ, ਔਰ ਜਿਹੜੀ ਤੁਹਾਡੇ ਡ੍ਰੀਮਸ ਨੇ ਆਪਣੇ ਕਰੀਅਰ ਨੂੰ ਲੈ ਕੇ ਆਪਣੀ ਪੈਸ਼ਨ ਨੂੰ ਲੈ ਕੇ ਉਹ ਪਰਮਾਤਮਾ ਹਮੇਸ਼ਾ ਪ੍ਰਵਾਨ ਕਰੇ ਔਰ ਆਪਣਾ ਮੇਰਾ ਪਰਿਆ ਹੱਥ ਰੱਖੇ। ਥੈਂਕ ਯੂ ਜੀ, ਜਿੱਦਾਂ ਤੁਸੀਂ ਐਪਰੀਸ਼ੀਏਟ ਕੀਤਾ ਹੈ ਮੈਨੂੰ, ਇੱਕ ਐਪਰੀਸੀਏਸ਼ਨ ਵੀ ਮੇਰੇ ਲਈ ਬਹੁਤ ਵੱਡੀ ਹੈ ਅਤੇ ਤੁਸੀਂ ਉਸ ਲਿਸਟ ਵਿੱਚ ਹੋ, ਮੈਂ ਕਦੀ ਨਹੀਂ ਭੁੱਲਾਂਗਾ ਕਿ ਤੁਸੀਂ ਪਹਿਲੇ ਇਨਸਾਨ ਨੇ ਕਿਹਾ ਵੈਲਕਮ ਟੂ ਦ ਪੰਜਾਬੀ ਫਿਲਮ ਇੰਡਸਟਰੀ, ਇਹ ਮੈਂ ਲੈ ਕੇ ਜਾ ਰਿਹਾ ਅਤੇ ਪੂਰੇ ਆਡੀਅੰਸ ਨੂੰ ਬਹੁਤ ਬਹੁਤ ਧੰਨਵਾਦ। ਪਲੀਜ਼ ਜਿਹੜੇ ਜਿੰਨਾ ਤੱਕ ਇਹ ਫਿਲਮ ਨਹੀਂ ਪਹੁੰਚੀ ਜਾ ਕੇ ਇੱਕ ਮੌਕਾ ਦਿਓ, ਆਈ ਐਮ ਸ਼ੋਰ ਤੁਸੀਂ ਬਹੁਤ ਐਂਟਰਟੇਨ ਹੋਵੋਗੇ। ਜਹਾਨ ਕਿਲਾ ਜਾ ਕੇ ਦੇਖੋ, ਸਪੋਰਟ ਕਰੋ ਅਤੇ ਜੇ ਕੋਈ ਗਿਲਾ ਸ਼ਿਕਵਾ ਫਿਰ ਵੀ ਰਹਿ ਜਾਏ ਫਿਰ ਸਾਨੂੰ ਦੱਸੋ, ਅਗਲੀ ਫਿਲਮ 'ਚ ਆਪਾਂ ਉਹ ਪੂਰਾ ਕਰ ਦਾਂਗੇ। ਨਹੀਂ ਜਲਦੀ ਜਾ ਕੇ ਦੇਖੋ ਫਿਲਮ ਜਹਾਨ ਕਿਲਾ। ਬਾਏ ਬਾਏ।